ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟਡੀ ਕਲਾਸਰ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਨੇ ਕਲਾਸ 12 ਦੇ ਲਈ ਜਿਹੜੇ ਕਿ ਪ੍ਰੈਸੀ ਲੈ ਕੇ ਆਇਆ ਕਿ ਤੁਸੀਂ ਹਾਊ ਟੂ ਰਾਈਟ ਅ ਪ੍ਰੈਸੀ ਰਾਈਟਿੰਗ ਪ੍ਰੈਸੀ ਰਾਈਟਿੰਗ ਤੁਸੀਂ ਕਿਵੇਂ ਕਰਨੀ ਜੋ ਤੁਹਾਨੂੰ ਜਿਹੜੀ ਕਿ 4 ਮਾਰਕਸ ਦਾ ਆਣਾ ਤਾਂ ਇਹਨੂੰ ਕਿਵੇਂ ਲਿਖਣਾ ਸਭ ਤੋਂ ਪਹਿਲਾਂ ਤਾਂ ਪ੍ਰੈਸੀ ਦਾ मीनिंग ਸਮਝੋ ਕੀ ਹੁੰਦਾ ਕਿ ਬੱਚੇ ਉਹਨੂੰ ਬੁਧਾ ਚੜਾ ਕੇ ਲਿਖ ਦਿੰਦੇ ਆਲਰੇਡੀ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜੇ ਕਿ ਪੈਸੇਜ ਆਉਂਦਾ ਉਹਨੂੰ ਉਹ ਪੈਸੇਜ ਨੂੰ ਤੁਸੀਂ ਉਹਨੂੰ ਸ਼ਾਰਟ ਕਰਕੇ ਲਿਖਣਾ ਹੁੰਦਾ ਟ੍ਰੈਸੀ ਇਸ ਇਨ ਸਿੰਪਲ ਵਰਡ ਇਨ ਸਿੰਪਲ ਵਰਡਸ ਦੇ ਵਿੱਚ ਲਿਖਣਾ ਇਜ਼ ਅ ਸਮਰੀ অর ਅ ਬਰੀਫ ਆਫ ਅ ਪੈਸੇਜ ਮੀਨ ਮਤਲਬ ਕਿ ਜੋ ਵੀ ਤੁਹਾਨੂੰ ਪੈਸੇਜ ਦਿੱਤਾ ਹੋਇਆ ਉਸ ਦਾ ਤੁਸੀਂ ਬਰੀਫ ਦੇ ਵਿੱਚ ਸੰਖੇਪ ਦੇ ਵਿੱਚ ਕਰਕੇ ਲਿਖਣਾ ਉਹਦੇ ਤੁਸੀਂ ਸਮਰੀ ਲਿਖਣੀ ਹੈ ਨਾ ਕਿ ਉਹਨੂੰ ਐਜ਼ ਇਟ ਇਜ਼ ਉਤਾਰ ਦੇਣਾ ਓਕੇ ਹੁਣ ਇਹਨੂੰ ਕਰਨਾ ਕਿਵੇਂ ਮੈਂ ਤਾਂ ਹੁਣ ਦੱਸਦੀ ਆ ਇਹਨੂੰ ਇੱਕ ਤਾਂ ਪਹਿਲਾ ਦਾ ਪੈਰਾ ਹੀ ਚੰਗੇ ਤਰੀਕੇ ਨਾਲ ਰੀਡ ਕਰੋ ਠੀਕ ਹੈ ਫਿਰ ਉਹਦੇ ਜਿਹੜੇ ਮੇਨ ਮੇਨ ਜੇ ਆਪਾਂ ਇੱਕ ਸਹੀ ਤੰਗ ਦੇ ਨਾਲ ਕਰੀਏ ਪ੍ਰੈਸੀ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਪੈਰੇ ਨੂੰ ਚੰਗੇ ਤਰੀਕੇ ਨਾਲ ਰੀਡ ਕਰਨਾ ਫਿਰ ਉਹਦੇ ਵਿੱਚੋਂ ਅੰਡਰਲਾਈਨ ਕਰਨੀ ਹੈ ਨੇ ਹਾਈਲਾਈਟ ਕਰਨੀ ਨੇ ਜਿਹੜੇ ਮੇਨ ਕੁਝ ਵੀ ਹੈ ਉਸ ਪੈਰੇ ਦੇ ਵਿੱਚ ਦਿੱਤਾ ਹੋਇਆ ਮੇਨ ਕੀ ਆਈਡੀਆਜ਼ ਦਿੱਤੇ ਹੋਏ ਨੇ ਉਹਨਾਂ ਨੂੰ ਜਿਹੜੇ ਕਿ ਤੁਸੀਂ ਹਾਈਲਾਈਟ ਕਰਨਾ ਫਿਰ ਉਹਨਾਂ ਨੂੰ ਬਰੀਫ ਦੇ ਵਿੱਚ ਲਿਖਣਾ ਉਹਨਾਂ ਦੀ ਇੰਪੋਰਟੈਂਟ ਡਿਟੇਲ ਹੈ ਠੀਕ ਹੈ ਫਿਰ ਉਹਦਾ ਉਹਨੂੰ ਰਫ ਦੇ ਵਿੱਚ ਲਿਖਣਾ ਫਿਰ ਉਹਨੂੰ ਜਿਹੜੇ ਕਿ ਫੇਅਰ ਕਰਨਾ ਹੁੰਦਾ ਹੈ ਜੇ ਆਪਾਂ ਅਕੋਰਡਿੰਗ ਟੂ ਰੂਲ ਚੱਲੀਏ ਤੇ ਜਦੋਂ ਤੁਸੀਂ ਉਹਨੂੰ ਰੀਡ ਕਰੋਗੇ ਫਿਰ ਤੁਹਾਨੂੰ ਪਤਾ ਲੱਗੂ ਕਿ ਹੈ ਕੀ ਦੇ ਬਾਰੇ ਆ ਪੈਰਾ ਮਤਲਬ ਕਿ ਜੋ ਪੈਸੇ ਦਿੱਤਾ ਹੋ ਕਿਸ ਟਾਪਿਕ ਤੇ ਆ ਕਿਸ ਟਾਪਿਕ ਦੇ ਕਿਸ ਬਾਰੇ ਗੱਲ ਕੀਤੀ ਜਾ ਰਹੀ ਜਿਸ ਬਾਰੇ ਗੱਲ ਕੀਤੀ ਜਾ ਰਹੀ ਜੋ ਪੈਰੇ ਦੇ ਵਿੱਚ ਦੱਸਿਆ ਜਾ ਰਿਹਾ ਹੁੰਦਾ ਉਹਦਾ ਟਾਈਟਲ ਠੀਕ ਹੈ ਬਟ ਸੋ ਉਹਨੂੰ ਟਾਈਟਲ ਨਹੀਂ ਆਉਂਦਾ ਸੋ ਉਹਨੂੰ ਤਾਂ ਸਿੱਧਾ ਹੀ ਪ੍ਰੈਸੀ ਲਿਖਣਾ ਹੁੰਦਾ ਉਹਨੂੰ ਤੁਸੀਂ ਕਰਨਾ ਕਿ ਮੈਂ ਇੱਕ ਇਹ ਤਰੀਕਾ ਇੱਕ ਹੋਰ ਵੇਅ ਆ ਇਕ ਤਰੀਕਾ ਹੋ ਗਿਆ ਜੋ ਮੈਂ ਤੁਹਾਨੂੰ ਦੱਸਤਾ ਵੀ ਚੰਗੇ ਤਰੀਕੇ ਨਾਲ ਪੈਸੇਜ ਨੂੰ ਰੀਡ ਕਰੋ ਫਿਰ ਉਹਨੂੰ ਅੰਡਰਲਾਈਨ ਕਰੋ ਜੋ ਜੋ ਮੇਨ ਪੁਆਇੰਟਸ ਨੇ ਠੀਕ ਹੈ ਜੋ ਵੀ ਹੈ ਫਿਰ ਉਹਨੂੰ ਤੁਸੀਂ ਇਹਨੂੰ ਲਿਖਣਾ ਮਤਲਬ ਕਿ ਥੋੜਾ ਕਰਕੇ ਲਿਖਣਾ ਤੁਸੀਂ ਇਹਨੂੰ ਕਿਵੇਂ ਸਮਝਣਾ ਬਸ ਤੁਸੀਂ ਇੰਨਾ ਕੁ ਦਿਮਾਗ ਦੇ ਵਿੱਚ ਪਾਉਣਾ ਕਿ ਇਹ ਕੋਈ ਵੱਡਾ ਕੁਐਸਚਨ ਹੈ ਇੱਕ ਵੱਡਾ ਕੁਐਸਚਨ ਦਿੱਤਾ ਹੋਇਆ ਤੁਸੀਂ ਇਹਨੂੰ ਛੋਟਾ ਕਰਕੇ ਲਿਖਣਾ ਬਸ ਇਹ ਚੀਜ਼ ਮਾਈਂਡ 'ਚ ਰੱਖਣੀ ਹੈ ਕਿ ਕੋਈ ਕੋਈ ਵੱਡਾ ਕੁਐਸਚਨ ਦਿੱਤਾ ਹੋਇਆ ਪ੍ਰੈਸੀ ਦੇ ਵਿੱਚ ਪ੍ਰੈਸੀ ਦੇ ਵਿੱਚ ਕੋਈ ਵੱਡਾ ਕੁਐਸਚਨ ਦਿੱਤਾ ਹੋਇਆ ਤੁਸੀਂ ਉਹਨੂੰ ਛੋਟਾ ਉੱਤਰ ਕਰਕੇ ਲਿਖਣਾ ਉਹਦਾ ਠੀਕ ਹੈ ਵੀ ਛੋਟਾ ਉੱਤਰ ਕਰਕੇ ਲਿਖਣਾ ਕੋਈ ਵੱਡਾ ਦਿੱਤਾ ਹੋਇਆ ਪ੍ਰਸ਼ਨ ਉਸ ਦਾ ਉੱਤਰ ਉਸ ਨੂੰ ਤੁਸੀਂ ਛੋਟਾ ਕਰਕੇ ਲਿਖਣਾ ਬਸ ਇੰਨਾ ਕੁ ਦਿਮਾਗ 'ਚ ਰੱਖਣਾ ਫਿਰ ਤੁਸੀਂ ਉਹਨੂੰ ਸ਼ਾਰਟ ਕਰੋਗੇ ਕਈ ਬੱਚੇ ਕੀ ਕਰਦੇ ਨੇ ਸਿਮਿਲਰ ਉਤਾਰ ਦਿੰਦੇ ਨੇ ਉਹ ਰੋਂਗ ਆ ਠੀਕ ਹੈ ਪ੍ਰੈਸੀ ਮੀਨਸ ਸੰਖੇਪ ਦੇ ਵਿੱਚ ਲਿਖਣਾ ਅਗਰ ਤੋਂ ਨ ਉਹ ਤੇ ਸੈਕੰਡ ਵੇ ਹੁੰਦਾ ਕਿ ਇਸ ਪੈਸੇਜ ਦੇ ਸਾਰੇ ਵਰਡ ਗਿਨੇ ਜਾਣ ਕਿੰਨੇ ਵਰਡ ਨੇ ਜਿਵੇਂ 1 2 3 4 5 6 7 8 9 10 ਐਵੇਂ ਸਾਰੇ ਗਿਨੇ ਜਾਣ ਜਿੰਨੇ ਹੋ ਜਾਣਗੇ ਉਹਨਾਂ ਨੂੰ ਤੁਸੀਂ 3 ਦੇ ਨਾਲ ਡਿਵਾਈਡ ਕਰਨਾ 3 ਨਾਲ ਡਿਵਾਈਡ ਕਰਕੇ ਜਿੰਨਾ ਵੀ ਆ ਗਿਆ ਤੁਸੀਂ ਉਹਨੂੰ ਫਿਰ ਉਨੇ ਸ਼ਬਦਾਂ ਦੇ ਵਿੱਚ ਹੀ ਲਿਖਣਾ ਇਹ ਕੇ ਤਰੀਕਾ ਹੁੰਦਾ ਜਿਵੇਂ ਮੰਨ ਲਓ 150 ਵਰਡਸ ਨੇ 150 ਵਰਡ ਨੂੰ ਆਪਾਂ 3 ਨਾਲ ਡਿਵਾਈਡ ਕਰਦੇ ਆਂ ਆ ਗਿਆ 50 ਤਾਂ ਤੁਸੀਂ ਜਿਹੜਾ ਪੈਸੇਜ ਲਿਖੋਗੇ ਉਹ ਸਿਰਫ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਤੁਹਾਡਾ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਠੀਕ ਹੈ ਇੱਕ ਇਹ ਵੀ ਹੁੰਦਾ ਜੇ ਇਹ ਵੀ ਨਹੀਂ ਪਤਾ ਲੱਗ ਰਿਹਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਵਸਤੇ ਇਹ ਸਮਝ ਲੈਣ ਕਿ ਵੱਡਾ ਕੁਸ਼ਣ ਦਿੱਤਾ ਹੋਇਆ ਤੁਸੀਂ ਉਹਨੂੰ ਛੋਟਾ ਕਰਕੇ ਲਿਖਣਾ ਬਸ ਇੰਨਾ ਕੁ ਦਿਮਾਗ 'ਚ ਰੱਖੋ ਕਿ ਵੱਡਾ ਪ੍ਰਸ਼ਨ ਦਿੱਤਾ ਹੋਇਆ ਤੁਸੀਂ ਉਹਨੂੰ ਛੋਟਾ ਕਰਕੇ ਲਿਖਣਾ ਉਹਦੇ ਮੇਨ ਮੇਨ ਲਾਈਨਾਂ ਲਿਖਣੀਆਂ ਨੇ ਨਾ ਮੇਨ ਮੇਨ ਹੁਣ ਅਗਰ ਪੈਸੇਜ ਦੇ ਵਿੱਚ ਦਿੱਤੀ ਹੋ ਜਾਂਦੀ ਨੇ ਤੁਹਾਨੂੰ 15 16 ਲਾਈਨਾਂ ਦਿੱਤੀਆਂ ਹੁੰਦੀਆਂ ਨੇ 15 16 ਲਾਈਨਾਂ ਜ਼ਰੂਰ ਗਿਣਨੀਆਂ ਨੇ ਪੈਸੇ ਉਹ 5 ਕਿੰਨੀਆਂ ਲਾਈਨਾਂ ਦੇ ਵਿੱਚ ਅਗਰ 15 16 ਲਾਈਨਾਂ ਦਿੱਤੀਆਂ ਹੋ ਜਾਂਨ ਤੁਸੀ ਉਹਦਾ ਅਨਸਰ ਜਿਹੜਾ ਅਨਸਰ ਕਰਨਾ ਤੁਸੀ ਉਹਨੂੰ ਜਿਹੜਾ ਲਿਖਣਾ ਸਿਰਫ ਕਿੰਨੀਆਂ ਲਾਈਨਾਂ ਦੇ ਵਿੱਚ ਹੋਣਾ ਚਾਹੀਦਾ 6 5 ਤੋਂ 6 ਲਾਈਨਾਂ ਦੇ ਵਿੱਚ ਤੁਸੀ ਉਹਨੂੰ ਖਤਮ ਕਰ ਦੇਣਾ 5 ਤੋਂ 6 ਲਾਈਨਾਂ ਵੱਧ ਤੋਂ ਵੱਧ 7 ਹੋ ਸਕਦੀਆਂ ਨੇ ਇਸ ਤੋਂ ਵੱਧ ਨਹੀਂ ਅਗਰ 15 16 ਲਾਈਨਾਂ ਨੇ ਤੁਸੀ ਉਹਦਾ ਅਨਸਰ 5 ਔਰ 6 ਲਾਈਨਾਂ ਵੱਧ ਤੋਂ ਵੱਧ 7 ਲਾਈਨਾਂ 7 ਲਾਈਨਾਂ ਤੱਕ ਦੇ ਦਿਓ ਬਸ ਇੰਨਾ ਕੀ ਹੀ ਦੇਣਾ ਹੁੰਦਾ ਉਹ ਹੁੰਦੀ ਹੈ ਸੰਖੇਪ ਰਚਨਾ ਪ੍ਰੈਸੀ ਠੀਕ ਹੈ ਇੱਕ ਜੰਮੀਓ ਜੇ ਕੁਐਸਚਨ ਵਾਲਾ ਤਰੀਕਾ ਵੀ ਨਹੀਂ ਨਹੀਂ ਸਮਝ ਰਹੇ ਵੀ ਤੁਸੀਂ ਪੜ੍ਹ ਕੇ ਪੜ੍ਹ ਕੇ ਆਊਗਾ ਕੁਐਸਚਨ ਵਾਲਾ ਵੀ ਤਰੀਕਾ ਜੇ ਤੁਸੀਂ ਹੁਣ ਕਿਸੇ ਦਾ ਕੈਰੈਕਟਰ ਸਕੈਚ ਕਰਦੇ ਹੋ ਪਹਿਲਾਂ ਤੁਸੀਂ ਉਹਨੂੰ ਯਾਦ ਕਰਦੇ ਹੋ ਬਟ ਜਦੋਂ ਲਿਖਣ ਲੱਗਦੇ ਹੋ ਫਿਰ ਉਹ ਭੁੱਲ ਜਾਂਦੇ ਹੋ ਹੁਣ ਐਵੇਂ ਮਤਲਬ ਕਿ ਇਹਦੇ ਵਿੱਚ ਭੁੱਲਣਾ ਠੀਕ ਹੈ ਕੋਈ ਵੱਡਾ ਕੁਐਸਚਨ ਦਿੱਤਾ ਹੋਇਆ ਇਹਦੇ ਵਿੱਚ ਮੇਨ ਮੇਨ ਲਾਈਨਾਂ ਲਿਖਣੀਆਂ ਨੇ ਠੀਕ ਹੈ ਇਹਦੇ ਵਿੱਚ ਅਗਰ ਉਹ ਵੀ ਤਰੀਕਾ ਨਹੀਂ ਸਮਝ ਲੱਗ ਰਿਹਾ ਫਿਰ ਵਾ ਸਿਰਫ ਤੁਸੀਂ ਇਹਨੂੰ ਛੱਡਣਾ ਨਹੀਂ ਹੈ ਕਿਸੇ ਵੀ ਹਾਲਤ ਦੇ ਵਿੱਚ 4 ਮਾਰਕਸ ਨਹੀਂ ਕਟਵਾਉਣੇ ਪਹਿਲਾਂ ਤੁਸੀਂ ਇਹਨੂੰ ਪੜ੍ਹਨਾ ਚੰਗੇ ਤਰੀਕੇ ਨਾਲ ਫਿਰ ਤੁਹਾਨੂੰ ਪਤਾ ਲੱਗ ਵੀ ਟਾਈਟਲ ਇਹਦਾ ਇਹ ਆ ਅਗਰ ਟਾਈਟਲ ਵੀ ਨਹੀਂ ਪਤਾ ਲੱਗ ਰਿਹਾ ਵੈਸੇ ਤੁਸੀਂ ਲਿਖ ਸਕਦੇ ਹੋ ਜੋ ਵੀ ਹੈ ਉਹਨੂੰ ਪ੍ਰੈਸੀ ਬਣਾ ਦਿਓ ਉਹਦੇ ਚ ਉੱਪਰ ਦੇ ਆਨਲਾਈਨ ਠੀਕ ਹੈ ਦੋ ਲਾਈਨਾਂ ਵਿਚਕਾਰੋਂ ਤੇ ਲਾਸਟ ਦੇ ਵਿੱਚੋਂ ਦੋ ਲਾਈਨਾਂ ਬਸ ਤੁਸੀਂ ਐਵੇਂ 6 ਲਾਈਨਾਂ ਦੇ ਵਿੱਚ ਔਰ 6 ਔਰ 7 ਲਾਈਨਾਂ ਦੇ ਵਿੱਚ ਉਹਨੂੰ ਕੰਪਲੀਟ ਕਰ ਦੇਣਾ ਉੱਪਰੋਂ ਲਾਈਨਾਂ ਵਿਚਕਾਰੋਂ ਤੇ ਐਂਡ ਚ ਲਾਈਨਾਂ ਬਸ ਐਵੇਂ ਕਰ ਦੇਣਾ ਇਹਨੂੰ ਛੱਡਣਾ ਨਹੀਂ ਹੈ ਪ੍ਰੈਸੀ ਨੂੰ ਵੈਸੇ ਜਿਵੇਂ ਹੁਣ ਆਈ ਪੀਪਲ ਇਨ ਥਿਸ ਮਾਡਰਨ ਮੈਟੀਰੀਅਲਿਸਟਿਕ ਵਰਡ ਇਹਦੇ ਵਿੱਚ ਕਦੇ ਵਾਰ ਦੱਸਿਆ ਹੋਇਆ ਮੈਡੀਟੇਸ਼ਨ ਐਡਵੈਂਚਰਸ ਆਫ ਮੈਡੀਟੇਸ਼ਨ ਬਾਰੇ ਠੀਕ ਹੈ ਵੀ ਮੈਡੀਟੇਸ਼ਨ ਕੀ ਹੈ ਇਹ ਦੱਸਿਆ ਹੋਇਆ ਤੇ ਇੱਕ ਹੋਰ ਜੋ ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚ ਨੂੰ ਤੁਸੀਂ ਇਹਨਾਂ ਦਾ ਟਾਈਟਲ ਦੇਖ ਸਕਦੇ ਹੋ ਜੋ ਹੁਣ ਚੰਡੀਗੜ੍ਹ ਬਾਰੇ ਦੱਸਿਆ ਹੋਇਆ ਹੈ ਚੰਡੀਗੜ੍ਹ ਇਸ ਦਾ ਸਿਟੀ ਆਫ ਅਟਰੈਕਸ਼ਨ ਫॉर ਟੂਰਿਸਟ ਟੂਰਿਸਟ ਦੇ ਲਈ ਅਟਰੈਕਸ਼ਨ ਵਾਲਾ ਸਿਟੀ ਹੈ ਇਹ ਠੀਕ ਹੈ ਇਹਦੇ ਵਿੱਚ ਹੁਣ ਅੱਗੇ ਕਿਹਦੇ ਬਾਰੇ ਰੌਕ ਗਾਰਡਨ ਬਾਰੇ ਦੱਸਿਆ ਹੋਇਆ ਹੈ ਠੀਕ ਆ ਚੰਡੀਗੜ੍ਹ ਦੇ ਵਿੱਚੋਂ ਰੌਕ ਗਾਰਡਨ ਵਾਰ ਦੱਸੋ ਤਾਂ ਟਾਈਟਲ ਕੀ ਆਊਗਾ ਰੌਕ ਗਾਰਡਨ ਆਊਗਾ ਫੇਰ ਉਸ ਦੇ ਵਿੱਚੋਂ ਚੰਡੀਗੜ੍ਹ ਇਸ ਦੇ ਬਿਊਟੀਫੁੱਲ ਮਤਲਬ ਕਿ ਇਹਦੇ ਵਿੱਚੋਂ ਤੁਸੀਂ ਮੇਨ ਮੇਨ ਲਾਈਨਾਂ ਮੇਨ ਮੇਨ ਲਾਈਨਾਂ ਜੇ ਨਹੀਂ ਪਤਾ ਲੱਗ ਰਿਹਾ ਮੇਨ ਮੇਨ ਲਾਈਨਾਂ ਕੀ ਨੇ ਬਸ ਇਹ ਸੋਚਣਾ ਕਿ ਵੱਡਾ ਪ੍ਰਸ਼ਨ ਦਿੱਤਾ ਹੋਇਆ ਨੂੰ ਤੁਸੀਂ ਛੋਟਾ ਉੱਤਰ ਕਰਕੇ ਲਿਖਣਾ ਵੱਡਾ ਪ੍ਰਸ਼ਨ ਦਾ ਉੱਤਰ ਦੇ ਤੋ ਛੋਟਾ ਕਰਕੇ ਲਿਖਣਾ ਜੇ ਉਵੇਂ ਵੀ ਨਹੀਂ ਪਤਾ ਲੱਗ ਰਿਹਾ ਬਸ ਤੁਸੀਂ ਉੱਪਰੋਂ ਦੋ ਲਾਈਨਾਂ ਦੋ ਲਾਈਨਾਂ ਵਿਚਾਰੋਂ ਤੇ ਦੋ ਕੁ ਲਾਈਨਾਂ ਐਂਡ 'ਚੋਂ ਬਸ ਇਹਨੂੰ ਐਵੇਂ ਸਮ ਅਪ ਕਰ ਦੇਣਾ ਛੱਡਣਾ ਨਹੀਂ ਹੈ ਕਿਸੇ ਵੀ ਹਾਲ ਦੇ ਵਿੱਚ ਐਵੇਂ ਠੀਕ ਹੈ ਇਹਦੇ ਵਿੱਚ ਜਿਵੇਂ ਪੰਜਾਬ ਕਲਚਰ ਵਾਲਿਆਂ ਨੇ ਅਕਸਰ ਤੁਹਾਡਾ ਠੀਕ ਹੈ ਜੋ ਆ ਪ੍ਰੈਕਟਿਸ ਦੇ ਵਿੱਚ ਦਿੱਤਾ ਹੋਇਆ ਇਹ ਫੀਮੇਲ ਫੋਟਿਸਾਈਡ ਬਾਰੇ ਦਿੱਤਾ ਹੋਇਆ ਭਰੂਣ ਹੱਥਿਆ ਬਾਰੇ ਆ ਠੀਕ ਹੈ ਐਵੇਂ ਆ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਇਸ ਤੋਂ ਇਲਾਵਾ ਪਹਿਲਾਂ ਆਲਰੇਡੀ ਵੀਡੀਓਜ਼ ਬਹੁਤ ਅਪਲੋਡ ਕੀਤੀਆਂ ਹੋਣਗੀਆਂ ਨਾ ਪ੍ਰੈਸੀ ਦੀਆਂ ਵੀ ਕਿਵੇਂ ਪ੍ਰੈਸ ਲਿਖਣੀ ਆ ਉਹਦੇ ਵਿੱਚ ਟੋਟਲ ਹੀ ਹੋਰ ਵੀ ਸਮਝਾਇਆ ਹੋਇਆ ਤੁਸੀਂ ਉਹ ਵੀ ਵਾਚ ਕਰ ਸਕਦੇ ਹੋ ਬਟ ਮੇਰੇ ਅਕੋਰਡਿੰਗ ਦਾ ਤੁਹਾਨੂੰ ਸਮਝ ਲੱਗੀ ਹੋਣੀ ਕਿ ਇਹਦੇ ਵਿੱਚ ਕੀ ਦੱਸਿਆ ਹੋਇਆ ਹੈ ਸਿਰਫ ਤੁਸੀਂ ਕੀ ਕਰਨਾ ਕੋਈ ਵੱਡਾ ਉੱਤਰ ਦਿੱਤਾ ਹੋਇਆ ਤੁਸੀਂ ਉਹਨੂੰ ਛੋਟਾ ਕਰਕੇ ਲਿਖਣਾ ਥੋੜੇ ਸ਼ਬਦਾਂ ਦੇ ਵਿੱਚ ਲਿਖਣਾ ਥੋੜੇ ਸ਼ਬਦਾਂ ਵਿੱਚ ਅਗਰ ਤੁਸੀਂ ਐਨ ਚੰਗੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਰੀਡ ਕਰੋ ਰੀਡ ਕਰਨ ਤੋਂ ਬਾਅਦ ਉਹਦੇ ਸ਼ਬਦ ਗਿਣ ਲਓ ਕਿੰਨੇ ਨੇ ਫਿਰ ਉਹਨੂੰ 3 ਨਾਲ ਡਿਵਾਈਡ ਕਰ ਦਿਓ ਜਿੰਨੇ ਵੀ ਸ਼ਬਦ ਆ ਰਹੇ ਨੇ ਠੀਕ ਹੈ ਮੈਂ ਤੁਹਾਨੂੰ ਦੱਸਦੇ ਕਿ ਵਰਡ ਕਿਵੇਂ ਗਿਨੇ ਹੁੰਦੇ ਨੇ 1 2 3 4 5 6 7 ਐਵੇਂ ਗਿਣ ਕੇ ਠੀਕ ਹੈ ਹਰ ਲਾਈਨ ਦੇ ਗਿਣ ਸਕਦੇ ਹੋ ਫਿਰ ਉਹਨੂੰ ਲਾਈਨਾਂ ਦੇ ਨਾਲ ਵੀ ਮਲਟੀਪਲਾਈ ਕਰ ਸਕਦੇ ਹੋ ਫਿਰ ਉਹਨੂੰ ਡਿਵਾਈਡ ਐਵੇਂ ਔਖਾ ਹੋਊਗਾ ਤੁਹਾਨੂੰ ਬਸ ਤੁਸੀਂ ਵਰਡ ਗਿਣ ਸਕਦੇ ਹੋ ਅਗਰ ਗਿਣਨੇ ਨੇ ਜੋ ਵੀ ਨਹੀਂ ਗਿਣਨਾ ਆ ਰਿਹਾ ਫਿਰ ਤੁਸੀਂ ਲਾਈਨਾਂ ਜ਼ਰੂਰ ਗਿਣ ਲਓ ਵੀ ਕਿੰਨੀਆਂ ਲਾਈਨਾਂ ਨੇ ਉਹਨੀਆਂ ਲਾਈਨਾਂ ਨੂੰ ਤੁਸੀਂ 3 ਨਾਲ ਡਿਵਾਈਡ ਕਰ ਦਿਓ ਜਿਵੇਂ ਹੁਣ 15 16 ਲਾਈਨਾਂ ਨੇ ਠੀਕ ਹੈ 15 16 ਲਾਈਨਾਂ ਨੂੰ ਤੁਸੀਂ 5 ਔਰ 6 ਲਾਈਨਾਂ ਦੇ ਵਿੱਚ ਸਮ ਅਪ ਕਰ ਦਿਓ ਵੱਧ ਤੋਂ ਵੱਧ 7 ਲਾਈਨਾਂ ਦੇ ਵਿੱਚ ਸਮ ਅਪ ਕਰ ਦਿਓ ਜੇ 10 12 ਨੇ ਉਹੀ ਉਹਨਾਂ ਦਾ ਹੋਰ ਲਾਈਨਾਂ ਘਟਾ ਦਿਓ 4 ਔਰ 5 ਚ ਕਰ ਦਿਓ ਬਸ ਇੰਨਾ ਐਵੇਂ ਸਮਝ ਕੇ ਕਰ ਲੈਣਾ ਫਿਰ ਉੱਪਰੋਂ ਲਾਈਨਾਂ ਤੇ ਕਿੱਦੀ ਵਿਚ ਥੈਂਕਸ ਵੀਡੀਓ ਨੂੰ ਗਤਿਵਾਂਤ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਗ੍ਰਾਮਰ ਦੇ ਜਿਹੜੇ ਬਾਕੀ ਪੋਰਸ਼ਨ ਨੇ ਈਮੇਲਸ ਰਾਈਟਿੰਗ ਤੇ ਟਰਾਂਸਫਰਮੇਸ਼ਨ ਆਫ ਜਿਹੜੇ ਸੈਂਟੈਂਸ ਉਹ ਵੀ ਤੁਹਾਨੂੰ ਜਲਦ ਤੋਂ ਜਲਦ ਕਰਵਾਏ ਚਾਹਨ ਤੇ ਪੰਜਾਬੀ ਤੇ ਬਾਕੀ ਅਦਰ ਦੇ ਜਿਹੜੇ ਕਿ ਸਬਜੈਕਟਸ ਦਾ ਵੀ ਕਰਵਾਇਆ ਜਾਵੇ ਪਾਪਾ ਸਿਲੇਬਸ ਥੈਂਕਸ